ਘਰ ਦੇ ਬਾਹਰ ਬਣੇ ਛੱਪੜ 'ਚ ਡੁੱਬਣ ਕਾਰਨ ਇੱਕ 2 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਤਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਮਾਤਾ ਪਿਤਾ ਕੰਮ ਤੋਂ ਬਾਹਰ ਗਏ ਹੋਏ ਸੀ ਅਤੇ ਜਿਵੇਂ ਹੀ ਬੱਚੀ ਦੀ ਮਾਂ ਘਰ ਆਈ ਤਾਂ ਉਸਨੇ ਜਦੋਂ ਆਪਣੀ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਈ ਲੋਕ ਉੱਥੇ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਸਾਹਮਣੇ ਹੀ ਘਰ ਦੇ ਛੱਪੜ ਸੀ, ਉਸਦੇ ਵਿੱਚ ਜਾ ਕੇ ਦੇਖਿਆ ਤਾਂ ਬੱਚੀ ਦੀ ਲਾਸ਼ ਤੈਰਦੀ ਹੋਈ ਨਜ਼ਰ ਆਈ ਹੈ ਅਤੇ ਜਦੋਂ ਕੋਲ ਹੀ ਲੱਗੇ CCTV ਨੂੰ ਚੈੱਕ ਕੀਤਾ ਤਾਂ ਉਸਦੇ ਵਿੱਚ ਸਾਰਾ ਮਾਮਲਾ ਸਾਫ਼ ਹੋ ਗਿਆ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 2 ਛੋਟੇ ਛੋਟੇ ਬੱਚੇ ਖੇਡਦੇ ਨਜ਼ਰ ਆ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਅੱਗੇ ਜੋ ਹੈ ਉਹ ਬੱਚੀ ਸੀ ਅਤੇ ਉਸਦਾ ਭਰਾ ਜੋ ਸੀ ਉਹ ਪਿੱਛੇ ਉਸਦੇ ਨਾਲ ਖੇਡ ਰਿਹਾ ਸੀ। ਦੋਵੇਂ ਹੀ ਛੱਪੜ ਦੇ ਵਿੱਚ ਪੱਥਰ ਮਾਰ ਰਹੇ ਸੀ ਪਰ ਅਚਾਨਕ ਹੀ ਉਸਦਾ ਭਰਾ ਜਦੋਂ ਪਿੱਛੇ ਆ ਜਾਂਦਾ ਤਾਂ ਉਹ ਛੋਟੀ ਬੱਚੀ ਅੱਗੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸਦਾ ਪੈਰ ਉੱਤੇ ਸਲਿੱਪ ਹੋ ਜਾਂਦਾ ਅਤੇ ਸਿੱਧਾ ਛੱਪੜ ਦੇ ਵਿੱਚ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਉਸਦਾ ਭਰਾ ਜਦੋਂ ਘਰ ਆਉਂਦਾ, ਮਾਂ ਆ ਕੇ ਬੱਚੀ ਨੂੰ ਲੱਭਣਾ ਸ਼ੁਰੂ ਕਰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਛੱਪੜ 'ਚ ਉਸਦੀ ਤੈਰਦੀ ਹੋਈ ਲਾਸ਼ ਮਿਲਦੀ ਹੈ ਜੋ ਕਿ ਮਾਂ ਦੇ ਵੱਲੋਂ ਹੀ ਖੁਦ ਵੜ ਕੇ ਕੱਢੀ ਗਈ ਹੈ। ਉੱਥੇ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਗੁੱਸਾ ਜੋ ਹੈ ਉਹ ਪ੍ਰਸ਼ਾਸਨ 'ਤੇ ਨਿਕਲਿਆ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ 3 ਤੋਂ 4 ਛੱਪੜ ਨੇ, ਸਾਰੇ ਛੱਪੜਾਂ ਦੀ 4 ਦੀਵਾਰੀ ਕੀਤੀ ਹੋਈ ਹੈ, ਸਿਰਫ ਇਹੀ ਛੱਪੜ ਇੱਕ ਅਜਿਹਾ ਹੈ ਜਿਸ ਦੀ 4 ਦੀਵਾਰੀ ਨਹੀਂ ਕੀਤੀ ਹੋਈ, ਜਿਸ ਦੇ ਕਾਰਨ 2 ਸਾਲ ਦੀ ਬੱਚੀ ਦੀ ਡੁੱਬਣ ਕਰਕੇ ਇਸ ਦੇ ਵਿੱਚ ਮੌਤ ਹੋ ਗਈ ਹੈ ਅਤੇ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਹੁਣ ਇਸ ਘਟਨਾ ਦੀ ਜਾਂਚ ਪੁਲਿਸ ਦੇ ਵੱਲੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਖਬਰ ਟੋਹਾਣਾ ਤੋਂ ਸਾਹਮਣੇ ਆਈ ਹੈ। ਘਰ ਦੇ ਬਾਹਰ ਬਣੇ ਛੱਪੜ 'ਚ ਡੁੱਬਣ ਕਾਰਨ ਇੱਕ 2 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਤਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਮਾਤਾ ਪਿਤਾ ਕੰਮ ਤੋਂ ਬਾਹਰ ਗਏ ਹੋਏ ਸੀ ਅਤੇ ਜਿਵੇਂ ਹੀ ਬੱਚੀ ਦੀ ਮਾਂ ਘਰ ਆਈ ਤਾਂ ਉਸਨੇ ਜਦੋਂ ਆਪਣੀ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਈ ਲੋਕ ਉੱਥੇ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਸਾਹਮਣੇ ਹੀ ਘਰ ਦੇ ਛੱਪੜ ਸੀ, ਉਸਦੇ ਵਿੱਚ ਜਾ ਕੇ ਦੇਖਿਆ ਤਾਂ ਬੱਚੀ ਦੀ ਲਾਸ਼ ਤੈਰਦੀ ਹੋਈ ਨਜ਼ਰ ਆਈ ਹੈ ਅਤੇ ਜਦੋਂ ਕੋਲ ਹੀ ਲੱਗੇ CCTV ਨੂੰ ਚੈੱਕ ਕੀਤਾ ਤਾਂ ਉਸਦੇ ਵਿੱਚ ਸਾਰਾ ਮਾਮਲਾ ਸਾਫ਼ ਹੋ ਗਿਆ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 2 ਛੋਟੇ ਛੋਟੇ ਬੱਚੇ ਖੇਡਦੇ ਨਜ਼ਰ ਆ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਅੱਗੇ ਜੋ ਹੈ ਉਹ ਬੱਚੀ ਸੀ ਅਤੇ ਉਸਦਾ ਭਰਾ ਜੋ ਸੀ ਉਹ ਪਿੱਛੇ ਉਸਦੇ ਨਾਲ ਖੇਡ ਰਿਹਾ ਸੀ। ਦੋਵੇਂ ਹੀ ਛੱਪੜ ਦੇ ਵਿੱਚ ਪੱਥਰ ਮਾਰ ਰਹੇ ਸੀ ਪਰ ਅਚਾਨਕ ਹੀ ਉਸਦਾ ਭਰਾ ਜਦੋਂ ਪਿੱਛੇ ਆ ਜਾਂਦਾ ਤਾਂ ਜੋ ਉਹ ਛੋਟੀ ਬੱਚੀ ਅੱਗੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸਦਾ ਪੈਰ ਉੱਤੇ ਸਲਿੱਪ ਹੋ ਜਾਂਦਾ ਅਤੇ ਸਿੱਧਾ ਛੱਪੜ ਦੇ ਵਿੱਚ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਉਸਦਾ ਭਰਾ ਜਦੋਂ ਘਰ ਆਉਂਦਾ, ਮਾਂ ਆ ਕੇ ਬੱਚੀ ਨੂੰ ਲੱਭਣਾ ਸ਼ੁਰੂ ਕਰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਛੱਪੜ 'ਚ ਉਸਦੀ ਤੈਰਦੀ ਹੋਈ ਲਾਸ਼ ਮਿਲਦੀ ਹੈ ਜੋ ਕਿ ਮਾਂ ਦੇ ਵੱਲੋਂ ਹੀ ਖੁਦ ਵੜ ਕੇ ਕੱਢੀ ਗਈ ਹੈ। ਉੱਥੇ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਗੁੱਸਾ ਜੋ ਹੈ ਉਹ ਪ੍ਰਸ਼ਾਸਨ 'ਤੇ ਨਿਕਲਿਆ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ 3 ਤੋਂ 4 ਛੱਪੜ ਨੇ, ਸਾਰੇ ਛੱਪੜਾਂ ਦੀ 4 ਦੀਵਾਰੀ ਕੀਤੀ ਹੋਈ ਹੈ, ਸਿਰਫ ਇਹੀ ਛੱਪੜ ਇੱਕ ਅਜਿਹਾ ਜਿਸ ਦੀ 4 ਦੀਵਾਰੀ ਨਹੀਂ ਕੀਤੀ ਹੋਈ, ਜਿਸ ਦੇ ਕਾਰਨ 2 ਸਾਲ ਦੀ ਬੱਚੀ ਦੀ ਡੁੱਬਣ ਕਰਕੇ ਇਸ ਦੇ ਵਿੱਚ ਮੌਤ ਹੋ ਗਈ ਹੈ ਅਤੇ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਹੁਣ ਇਸ ਘਟਨਾ ਦੀ ਜਾਂਚ ਪੁਲਿਸ ਦੇ ਵੱਲੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਖਬਰ ਟੋਹਾਣਾ ਤੋਂ ਸਾਹਮਣੇ ਆਈ ਹੈ।